ਨਮਸਕਾਰ ਖਬਰਾਂ ਦੇ ਸੁਲੇਟਨ ਚ ਤੁਹਾਡਾ ਸਵਾਗਤ ਹੈ ਮੈਂ ਹਾ ਗੀਤਾ ਸਖਸੈਨਾ ਪੇਸ਼ ਤੇ ਹੁਣ ਤੱਕ ਦੀਆਂ ਖਬਰਾਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿਖੇ ਗ੍ਰਾਮੀਣ ਸਹਿਕਾਰੀ ਬੈਂਕਾਂ ਦੀ ਕੌਮੀ ਕਾਨਫਰੰਸ ਦਾ ਉਦਘਾਟਨ ਕੀਤਾ ਸਮਾਗਮ ਦਾ ਆਯੋਜਨ ਸਹਿਕਾਰਤਾ ਮੰਤਰਾਲਾ ਤੇ ਰਾਜਾਂ ਦੇ ਸਹਿਕਾਰੀ ਬੈਂਕਾਂ ਦੇ ਰਾਸ਼ਟਰੀ ਸੰਘ ਵੱਲੋਂ ਕੀਤਾ ਗਿਆ। ਇਸ ਮੌਕੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਨਾਸਕੋਪ ਦੇ ਪਬਲਿਕੇਸ਼ਨ ਨੂੰ ਰਿਲੀਜ਼ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਅਸੀਂ ਸਮੁੱਚੇ ਦੇਸ਼ ਅੰਦਰ ਸਹਿਕਾਰਤਾ ਮੋਹਮਮਦ ਦਾ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਦੇਸ਼ ਦੀਆਂ ਤਹਿਸੀਲਾਂ ਤੇ ਪੰਚਾਇਤਾਂ ਤੱਕ ਸਹਿਕਾਰਤਾ ਅੰਦੋਲਨ ਨੂੰ ਪਹੁੰਚਾਉਣ ਲਈ ਸਾਨੂੰ ਇੱਕ ਵਿਸ਼ੇਸ਼ ਰਣਨੀਤੀ ਬਣਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹਨਾਂ ਸੰਸਥਾਵਾਂ ਦੇ ਕੰਮਕਾਜ ਦੀ ਸਮਰੱਥਾ ਵਧਾਉਣ, ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਲਈ पीएससीएस ਦੇ ਕਮਿਊਨਿਟੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਉਹਨਾਂ ਕਿਹਾ ਕਿ ਦੇਸ਼ ਦੇ ਅਰਥਚਾਰੇ ਨਾਲ ਦਿਹਾਤੀ ਭਾਰਤ ਨੂੰ ਜੋੜਨ ਵਿੱਚ ਪਿੰਡੂ ਸਹਿਕਾਰੀ ਬੈਂਕਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈਏ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਰਜਕਾਲ ਸਹਿਕਾਰੀ ਖੇਤਰ ਲਈ ਸੁਨਹਿਰਾ ਮੌਕਾ ਹੈ ਗ੍ਰਹਿ ਮੰਤਰੀ ਨੇ ਚੁਣਿਆ ਗਿਆ ਸੁਭਾਈ ਸਹਿਕਾਰੀ ਬੈਂਕਾਂ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਅਤੇ ਪੀਐਸਸੀ ਨੂੰ ਬਿਹਤਰੀਨ ਸੇਵਾਵਾਂ ਲਈ ਸਨਮਾਨਿਤ ਕੀਤਾ ਇਸ ਸਮਾ कॉन्फ्रेंस ਦੇ ਵਿੱਚ ਸਹਿਕਾਰਤਾ ਰਾਜ ਮੰਤਰੀ ਬੀ ਐਲ ਵਰਮਾ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਕੇਂਦਰੀ ਯੁਵਾ ਮਾਮਲੇ ਦੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅਜ ਦੇਸ਼ ਦੇ ਨੌਜਵਾਨਾਂ ਨੂੰ ਭਾਰਤ ਨੂੰ ਰਹਿਣ ਲਈ ਉੱਤਮ ਸਥਾਨ ਬਣਾਉਣ ਦੇ ਵਿੱਚ ਯੋਗਦਾਨ ਦੇਣ ਦਾ ਸਰਦਾ ਦਿੱਤਾ ਹੈ। ਉਹਨਾਂ ਨੇ ਨੌਜਵਾਨਾਂ ਨੂੰ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਲਈ ਵਿਸ਼ੇਸ਼ ਕੰਮ ਕਰਨ ਦੀ ਅਪੀਲ ਕੀਤੀ। ਅੱਜ ਨਵੀਂ ਦਿੱਲੀ ਵਿੱਚ ਆਕਾਸ਼ਵਾਣੀ ਪਵਨਦੇਵ ਰੰਗ ਪਵਨ ਵਿੱਚ ਯੁਵਾ ਸੰਵਾਦ ਇੰਡੀਆ ਐਟ 2047 ਪ੍ਰੋਗਰਾਮ ਵਿੱਚ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨਾਂ ਦੀ ਰਚਨਾਤਮਕ, ਸਮੂਹਿਕ ਅਤੇ ਸਹਿਯੋਗੀ ਸਮਰੱਥਾ ਤੇ ਨਿਰਭਰ ਹੈ। ਉਨਾ ਕਿਹਾ ਕਿ ਨੌਜਵਾਨਾਂ ਨੂੰ ਖੁਰਾਕ ਪਦਾਰਥਾਂ ਦੀ ਬਰਬਾਦੀ ਰੋਕਣ ਅਤੇ ਊਰਜਾ ਅਤੇ ਬਾਲਣ ਦੀ ਖਪਤ ਘਟਾਉਣ ਵਿੱਚ ਯੋਗਦਾਨ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਸਿੱਖਿਆ ਤੇ ਹੁਨਰ ਵਿਕਾਸ ਮੰਤਰੀ ਤਰਮੇਂਦਰ ਪ੍ਰਧਾਨ ਨੇ ਕਿਹਾ ਕਿ ਨੌਜਵਾਨ ਆਪਣੇ ਅਧਿਕਾਰਾਂ ਪ੍ਰਤੀ ਵਧੇਰੇ ਜਾਗਰੂਕ ਹੋ ਗਏ ਨੇ ਪਰ ਉਨ੍ਹਾਂ ਨੂੰ ਇਹਨਾਂ ਅਧਿਕਾਰਾਂ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ ਇਸ ਪ੍ਰੋਗਰਾਮ ਵਿੱਚ ਰਾਸ਼ਟਰੀ ਯੁਵਾ ਪੁਰਸਕਾਰ ਜੇਤੂਆਂ ਸਮੇਤ ਲਗਭਗ 400 ਨੌਜਵਾਨ ਸ਼ਾਮਲ ਹੋਏ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ अरुण सिंह ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੂਰਾ ਰਾਸ਼ਟਰ ਆਜ਼ਾਦੀ ਕਾਮਰੇਤ ਮਹੋਸਤ ਪੂਰੇ ਉਤਸ਼ਾਹ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਸੰਕਲਪ ਨੂੰ ਲੈ ਕੇ ਮਨਾ ਰਿਹਾ ਹੈ ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ 9 ਅਗਸਤ ਤੋਂ ਲੈ ਕੇ 15 ਅਗਸਤ ਤੱਕ ਵੱਖ-ਵੱਖ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਹਰ ਘਰ ਤਿਰੰਗਾ ਅਭਿਆਨ ਤਹਿਤ ਹਰੇਕ ਪਿੰਡ ਹਰੇਕ ਵਾਰਡ ਹਰੇਕ ਘਰ ਤੇ ਤਿਰੰਗਾ ਲਹਿਰਾਉਣ ਦਾ ਕੰਮ ਕਰ ਰਹੀ ਹੈ ਉਹਨੇ ਕਿਹਾ ਕਿ 13 ਤੋਂ 15 ਅਗਸਤ ਤੱਕ ਹਰੇਕ ਕਾਰ ਵਿੱਚ ਰਾਸ਼ਟਰੀ ਝੰਡਾ ਫੈਰਾਉਣ ਦਾ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਪਾਰਟੀ ਦੇ ਸਾਰੇ ਹੀ ਵਰਕਰ, ਲੋਕ ਨੁਮਾਇੰਦੇ, ਇੱਕ ਇੱਕ ਪਿੰਡ ਅਤੇ ਇੱਕ ਇੱਕ ਘਰ ਜਾ ਕੇ ਹਿੱਸਾ ਲੈਣਗੇ। ਉਹਨੇ ਕਿਹਾ ਕਿ ਦੇਸ਼ ਵਿੱਚ 20 ਕਰੋੜ ਰਾਸ਼ਟਰੀ ਝੰਡੇ ਫੈਰਾਉਣ ਦਾ ਟੀਚਾ ਹੈ ਜਿਸ ਨੂੰ ਪੂਰਾ ਕੀਤਾ ਜਾਵੇਗਾ। ਅੱਜ ਵਿਸ਼ਵ ਹਾਥੀ ਦਿਵਸ ਮਨਾਇਆ ਜਾ ਰਿਹਾ ਹੈ ਹਰਵਰੇ 12 ਅਗਸਤ ਨੂੰ ਪੂਰੀ ਦੁਨੀਆ ਵਿੱਚ ਇਸ ਜੀਵ ਦੇ ਪ੍ਰਤੀ ਸਮਰਪਣ ਵਿਅਕਤ ਕਰਨ ਅਤੇ ਇਸ ਦੀ ਪਛਾਣ ਲਈ ਅਹਿਮੀਅਤ ਨੂੰ ਦਰਸਾਉਣ ਲਈ ਇਹ ਦਿਨ ਮਨਾਇਆ ਜਾਂਦਾ ਹੈ ਬਦਕਿਸਮਤੀ ਨਾਲ ਪੂਰੀ ਦੁਨੀਆ ਵਿੱਚ ਸ਼ਿਕਾਰ ਕੀਤੇ ਜਾਣ ਕਾਰਨ ਅਸੀਂ ਹਾਥੀਆਂ ਨੂੰ ਗਵਾਉਂਦੇ ਜਾ ਰਹੇ ਹਾਂ ਇਸ ਤੋਂ ਇਲਾਵਾ ਹਾਥੀਆਂ ਨੂੰ ਮਨੁੱਖ ਵੱਲੋਂ ਦੁਰਵਿਵਹਾਰ ਦਿਨੋ-ਦਿਨ ਵਧ ਰਹੇ ਸ਼ਹਿਰੀਕਰਨ ਅਤੇ ਉਨ੍ਹਾਂ ਦੇ ਕੁਦਰਤੀ ਪ੍ਰਵਾਸ ਘਟ ਹੋਣ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ 12 ਅਗਸਤ 2012 ਨੂੰ ਪਹਿਲੀ ਵਾਰ ਹਾਥੀ ਦਿਵਸ ਮਨਾਇਆ ਗਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਹਾਥੀ ਦਿਵਸ ਤੇ ਹਾਥੀਆਂ ਦੀ ਰਾਖੀ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ ਆਪਣੇ ਇੱਕ ਟਵੀਟ ਸਨੇਹ ਵਿੱਚ ਉਹਨਾਂ ਕਿਹਾ ਕਿ ਏਸ਼ੀਆ ਦੇ ਕੁੱਲ ਹਾਥੀਆਂ ਦਾ 60% ਭਾਰਤ ਵਿੱਚ ਹੋਣਾ ਖੁਸ਼ੀ ਦੀ ਗੱਲ ਹੈ ਮੋਦੀ ਨੇ ਕਿਹਾ ਕਿ ਪਿਛਲੇ 8 ਸਾਲਾਂ ਵਿੱਚ ਹਾਥੀਆਂ ਦੀਆਂ ਰੱਖਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਟਿਕਾਊ ਵਿਕਾਸ ਟੀਚਿਆਂ ਸੰਬੰਧੀ ਕਰਵਾਈਆਂ ਜਾਣ ਵਾਲੀਆਂ ਵਰਕਸ਼ਾਪਾਂ ਵਿੱਚੋਂ 22 ਤੇ 23 ਅਗਸਤ ਨੂੰ ਪਹਿਲੀ ਕੌਮੀ ਵਰਕਸ਼ਾਪ ਦੀ ਮੇਜ਼ਬਾਨੀ ਪੰਜਾਬ ਵੱਲੋਂ ਕੀਤੀ ਜਾਵੇਗੀ। ਕੇਂਦਰ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਵੱਲੋਂ 9 ਵੱਖ-ਵੱਖ ਵਿਸ਼ਿਆਂ ਤੇ ਕੌਮੀ ਪੱਧਰ ਦੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ। ਪੰਜਾਬ ਦੀ ਮੇਜ਼ਬਾਨੀ ਵਿੱਚ ਹੋਣ ਵਾਲੀ ਪਹਿਲੀ ਵਰਕਸ਼ਾਪ ਦਾ ਵਿਸ਼ਾ ਪਿੰਡਾਂ ਵਿੱਚ ਆਤਮ ਨਿਰਭਰ ਢਾਂਚਾ ਹੋਵੇਗਾ ਜਿਸ ਤੋਂ ਪਾਪ ਪਿੰਡਾਂ ਦੇ ਲੋਕਾਂ ਲਈ ਲੋੜੀਂਦੀਆਂ ਸਹੂਲਤਾਂ ਪਿੰਡਾਂ ਵਿੱਚ ਹੀ ਉਪਲਬਧ ਹੋ ਸਕਣਗੇ। ਕੋਵਿਡ ਟੀਕਾਕਰਨ ਮੁਹਿੰਮ ਤਹਿਤ ਬਾਲਗ ਆਬਾਦੀ ਨੂੰ ਇhtiyati ਖੁਰਾਕ ਵਜੋਂ ਕੋਰਬੀਵੈਕਸ ਵੈਕਸੀਨ ਅਜ ਤੋਂ ਟੀਕਾਕਰਨ ਕੇਂਦਰਾਂ ਵਿੱਚ ਉਪਲਬਧ ਹੋਵੇਗੀ। ਕੇਂਦਰ ਸਰਕਾਰ ਵੱਲੋਂ ਕੋਵਿਵੈਕਸ ਦੀਆਂ 10 ਕਰੋੜ ਖੁਰਾਕਾਂ ਵੈਕਸਿਨ ਬਣਾਉਣ ਵਾਲੀ ਬਾਇਓਲੋਜੀਕਲ ਈ ਕੰਪਨੀ ਕੋਲੋਂ ਪ੍ਰਾਪਤ ਕੀਤੀਆਂ ਗਈਆਂ ਨੇ ਯੋਗ ਲਾਪਤਰੀ ਕੋਵਿਨਆਪਰਾਹੀ ਐਤਿਹਾਤੀ ਖੁਰਾਕ ਦੀ ਉਪਲਬਧਤਾ ਮੁਤਾਬਕ ਸਰਕਾਰੀ ਅਤੇ ਪ੍ਰਾਈਵੇਟ ਟਿਕਾਕਰਨ ਕੇਂਦਰਾਂ ਤੋਂ ਵੈਕਸਿਨ ਲਗਵਾ ਸਕਣਗੇ ਪ੍ਰਾਈਵੇਟ ਟਿਕਾਕਰਨ ਕੇਂਦਰਾਂ ਲਈ ਕੋਵਿਵੈਕਸ ਟੀਕੇ ਦੀ ਜੀਐਸਟੀ ਸਮੇਤ ਕੀਮਤ 250 ਰੁਪਏ ਰੱਖੀ ਗਈ ਹੈ ਜਦਕਿ ਉਪਭੋਗਤਾ ਨੂੰ ਇਹ ਟੀਕਾ 400 ਰੁਪਏ ਵਿੱਚ ਲਗਾਇਆ ਜਾਵੇਗਾ ਜਿਸ ਵਿੱਚ ਟੈਕਸ ਅਤੇ ਪ੍ਰਸ਼ਾਸਨਿਕ ਚਾਰਜ ਸ਼ਾਮਲ ਹੋਣਗੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੂਸਟਰ ਖੁਰਾਕ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਆਜ਼ਾਦੀ ਕਾਮਰੇਤ ਮਹੌਸਤ ਤਹਿਤ ਗੁਰਦਾਸਪੁਰ ਵਿਖੇ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਪੰਚਾਇਤ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਅਗਵਾਈ ਵਿੱਚ ਕਰਵਾਈ ਗਈ ਤਿਰੰਗਾ ਯਾਤਰਾ ਗੁਰਦਾਸਪੁਰ ਹੋਟਲ ਮੈਨੇਜਮੈਂਟ ਕਾਲਜ ਤੋਂ ਸ਼ੁਰੂ ਹੋ ਕੇ ਪੰਚਾਇਤ ਪਵਨ ਪਹੁੰਚ ਕੇ ਖਤਮ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲਿਆ। ਤਿਰੰਗਾ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਅਰੰਭਤਾ ਸਥਾਨ ਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਢਾਲੀਵਾਲ ਨੇ ਲੋਕਾਂ ਨੂੰ 13 ਤੋਂ 15 ਅਗਸਤ ਤੱਕ ਆਜ਼ਾਦੀ ਕਾਮਰੇਤ ਮਹੋਸਤਵ ਰਲ ਮਿਲ ਕੇ ਮਨਾਉਣ ਦਾ ਸੱਦਾ ਦਿੱਤਾ ਤਿਰੰਗਾ ਯਾਤਰਾ ਵਿੱਚ ਬੀਐਸਐਫ ਦੇ ਜਵਾਨਾਂ ਨੇ ਵੀ ਸ਼ਿਰਕਤ ਕੀਤੀ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਜੀ ਆਇਆਂ ਨੂੰ ਨਮਸਕਾਰ